ਸਿਆਸੀ ਮਾਹਰ ਹੱਥੀ ਕਹਿੰਦੇ ਆਪਣੇ ਆਪ ਨੂੰ ਪੂਰਾ, ਉਹ ਅੱਜ ਐਵਰੈਸਟ ਦੀ ਚੋਟੀ 'ਤੇ ਖੜ੍ਹੇ ਨੇ ਉੱਪਰ, ਅਤੇ ਅਸੀਂ ਇਹ ਥੱਲੇ ਖੜ੍ਹੇ ਹਾਂ, ਅਸੀਂ ਥੱਲੇ ਉਹਨਾਂ ਨੂੰ ਲਾਵਾਂਗੇ। ਅਤੇ ਅੱਜ ਅਸੀਂ ਯਾਨੀ ਕਹਿਣ ਦਾ ਭਾਵ ਕਾਗਜ਼ ਭਰਨ ਆਏ ਹਾਂ ਇੱਥੇ ਡੀ ਸੀ ਦਫ਼ਤਰ, ਇੱਥੇ ਕਾਗਜ਼ ਭਰਨ ਆਏ ਹਾਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਰ ਗਏ ਜੀ। ਅਲੱਗ ਢੰਗ ਨਾਲ ਨਹੀਂ, ਅਲੱਗ ਢੰਗ ਨਹੀਂ ਹੈ ਜੀ। ਆ ਤਾਂ ਇਹਨਾਂ ਲੀਡਰਾਂ ਨੂੰ ਮੈਂ ਚੇਤਾਵਨੀ ਦੇਣ ਆਇਆ ਵਾਂ ਵੀ ਸਾਹਮਣੇ ਬੈਲ ਹੀ ਬਾਣੀਆਂ ਖੜ੍ਹਾ ਵਗਰਾ, ਅਤੇ ਥੋੜ੍ਹਾ ਬਚ ਕੇ ਲੰਘੋ ਮੇਰੇ ਤੋਂ ਪੂਰਾ। ਨਹੀਂ, ਥਾਪੀਆਂ ਦੇਖੋ ਮਾਰਨੀਆਂ ਪੈਂਦੀਆਂ ਨੇ, ਜਿਹੜੇ ਪੰਜਾਬ ਨੂੰ ਆਪਾਂ ਬਚਾਉਣਾ ਵਾ, ਆਪਾਂ ਮੁੱਦਿਆਂ ਦੀ ਗੱਲ ਕਰਨੀ ਆ, ਤਾਂ ਆਪਾਂ ਨੂੰ ਯਾਨੀ ਕਹਿਣ ਦਾ ਵਾ ਥਾਪੀਆਂ ਤਾਂ ਮਾਰਨੀਆਂ ਪੈਣੀਆਂ ਨੇ। ਕਿਹੜਾ ਅੱਜ ਅਸੀਂ ਮੁੱਦਿਆਂ ਦੀ ਬਰਾਤ ਕੱਢੀ ਆ, ਆਮ ਹੀ ਲੋਕ ਆਉਣਗੇ, ਕਿਹੜਾ ਕੋਈ ਦਾਦੇ ਵਾਲੀ ਕਾਰ ਲੈ ਕੇ ਆਊਗਾ ਕਾਗਜ਼ ਭਰਨ ਵਾਸਤੇ, ਕੋਈ ਜਬਲੀਆਂ ਮਾਰੂਗਾ ਕਿਹੜਾ, ਕੋਈ ਰੋਡ ਜਾਮ ਕਰੂਗਾ ਕਿਹੜਾ, ਅਤੇ ਅਸੀਂ ਵੀ ਆਏ ਹਾਂ ਟੌਰ ਨਾਲ ਆਏ ਹਾਂ, ਟੌਰ ਨਾਲ ਕਾਗਜ਼ ਭਰ ਪੰਜ ਜਣੇ। ਨਹੀਂ ਨਹੀਂ ਪੰਜ ਬੰਦੇ ਨਹੀਂ ਜੀ, ਕਾਫਲਾ ਪੂਰਾ ਸੀਗਾ ਕਿਹੜਾ। ਹਾਂ ਪੰਜ ਬੰਦੇ ਨਹੀਂ ਆਏ, ਨਾਲੇ ਲੜਾਈਆਂ ਲੜਨ ਵਾਲੇ ਥੋੜ੍ਹੀ ਹੁੰਦੇ ਆ ਕਿਹੜਾ, ਬਾਕੀ ਜਬਲੀਆਂ ਮਾਰਨ ਵਾਲੇ ਕਿਰਾਇਆਂ 'ਤੇ ਲੈ ਕੇ ਆਹ ਵੱਡੇ ਵੱਡੇ ਹੋਟਲਾਂ 'ਚ ਬੰਦੇ ਲੈ ਕੇ ਆਉਣਗੇ, ਜਾਮ ਲਾਉਣਗੇ ਕਿਹੜਾ। ਪਰ ਟੀ ਟੂ ਬਾਣੀ ਇਹਨਾਂ ਨੂੰ ਚੇਤਾਵਨੀ ਦਿੰਦਾ ਵਾ ਵੀ ਮੁੱਦੇ ਦੀ ਟੀ ਟੂ ਬਾਣੀ ਨਾਲ ਬਰਾਤ ਕੱਢੀ ਆ, ਅੱਜ ਤੋਂ ਟੀ ਟੂ ਬਾਣੀ ਕੋਲ ਮੁੱਦੇ ਹੀ ਮੁੱਦੇ ਨੇ ਕਿਹੜਾ। ਮੈਂ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੜਾਈ ਹੈਗੀ ਸਾਡੀ ਲੰਬੀ, ਨਾ ਤਾਂ ਫੋਨ ਦਾ ਇੰਤਜ਼ਾਰ ਕਰ ਰਹੇ ਹੋ, ਕਿਉਂਕਿ ਸਾਡੇ ਕੋਲ ਮੁੱਦੇ ਮੁੱਦੇ ਨੇ ਐਤਕੀ ਇਹਨਾਂ ਦੇ, ਯਾਨੀ ਕਹਿਣ ਦਾ ਭਾਵ ਜਿਹੜੇ ਸਿਆਸੀ ਲੀਡਰ ਆ ਉਹਨਾਂ ਦੇ ਫੱਟੇ ਚੱਕਣੇ ਉਹਨਾਂ ਦੇ। ਮੁੱਦੇ ਮੁੱਦੇ ਪੰਜ ਕਿਉਂ ਕਰਾਂ, 500 ਕਹਿੰਦੇ ਹੋ, ਪਤਾ ਗੱਲ ਕੀ ਆ, ਬੁੱਢਾ ਵਾਲਾ ਤਾਂ ਸਾਫ਼ ਨਹੀਂ ਹੋਇਆ, ਆਹ ਗਿਆਸਪੁਰੇ ਮਰੇ ਸੀਗੇ ਨੌਜਵਾਨ, ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਕਰਾਂ। ਆਹ ਜੋਨ ਡੀ ਦੇ ਵਿੱਚ ਘਪਲਾ ਹੋਇਆ, 52 ਦੇ ਖਾਤਿਆਂ ਦੇ ਵਿੱਚ ਪੈਸੇ ਗਏ, ਕਿਸੇ ਬੰਦੇ ਦੇ ਪਰਚਾ ਯਾਨੀ ਦਰਜ ਨਹੀਂ ਹੋਈ ਆ, ਇੱਥੇ ਸੜਕਾਂ ਟੁੱਟਿਆਂ ਵਿੱਚ ਟੋਏ, ਸੜਕਾਂ ਦੇ ਇਹਨਾਂ ਦੇ ਪੈਚਵਰਕ ਤੱਕ ਨਹੀਂ ਹੋਇਆ, ਪੜ੍ਹਾਈ ਹੈ ਨਹੀਂ ਕਰਾਂ। ਜੇ ਡਾਕਟਰ ਬਣਨਾ ਵਾ ਤਾਂ ਕਰੋੜਾਂ ਰੁਪਏ ਖਰਚਣਾ ਪੈਂਦਾ ਵਾ, ਕਰੋੜਾਂ ਖਰਚ ਕੇ ਡਾਕਟਰ ਬਣਦਾ, ਗਰੀਬ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ ਕਰਾਂ, ਸਿੱਧੀ ਗੱਲ ਆ। ਬਾਕੀ ਪੜ੍ਹਾਈ ਆ ਕਹਿੰਦੇ ਸਕੂਲ ਬਹੁਤ ਵਧੀਆ ਪੜ੍ਹਾ ਦੇ, ਇਹਨਾਂ ਦੇ ਬੱਚੇ ਆਪ ਬਾਹਰ ਪੜ੍ਹਦੇ ਆ, ਜੇ ਵਧੀਆ ਪੜ੍ਹਾ ਦੇ ਤਾਂ ਭਗਵੰਤ ਮਾਨ ਦਾ ਬੱਚਾ ਵੀ ਇੱਥੇ ਪੜ੍ਹਨਾ ਚਾਹੀਦਾ ਵਗਰਾ ਵੱਡੇ ਵੱਡੇ ਲੀਡਰ। ਉਹ ਅਲਵੀ ਤਾਂ ਮੈਂ ਨਵੇਂ ਸਾਹਿਬ ਨੂੰ ਆਖਤੀ ਸੀ ਜੀ, ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ, ਕਈ ਵਾਰ ਨਾ ਹੁਣ ਮੈਨੂੰ ਪੱਤਰਕਾਰ ਪੁੱਛਦੇ ਵੀ ਕਿਉਂ ਛੱਡੀ ਆ, ਉਹ ਕਈ ਵਾਰ ਆਪਦੇ ਵਿੱਚ ਕਮੀ ਹੁੰਦੀ ਆ, ਸਾਹਮਣੇ ਵਾਲਾ ਠੀਕ ਹੁੰਦਾ ਤਾਂ ਜਿੰਨੀ ਕਿੰਨੀ ਵੀ ਸੀਗੀ ਠੀਕ ਆ, ਅਤੇ ਹੁਣ ਤਾਂ ਫੱਟੇ ਚੱਕਣ ਪਈਆਂ। ਦੇਖੋ ਜੀ ਦੇਣਾ ਪੈਣਾ ਵਾ ਸਾਥ, ਲੁਧਿਆਣਾ ਵਾਸੀ ਅਤੇ ਪੱਤਰਕਾਰ ਵੀਰ ਜੇ ਆਪਣੇ ਬੱਚਿਆਂ ਦਾ ਭਵਿੱਖ ਨੂੰ ਵਧੀਆ ਬਣਾਉਣਾ ਚਾਹੁੰਦੇ ਆ, ਵੀ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਬਣੇ, ਤਾਂ ਉਹਨਾਂ ਨੂੰ ਸਾਥ ਦੇਣਾ ਪੈਣਾ ਵਾ, ਮੇਰਾ ਸਾਥ ਦੇਣਾ ਪੈਣਾ ਵਾ, ਅਤੇ ਨਹੀਂ ਤਾਂ ਸਾਡਾ ਜਿਹੜਾ ਪੰਜਾਬ ਹੈਗਾ ਉਜੜੀ ਜਾਂਦਾ ਵਾ ਅਤੇ ਹੋਰ ਉਜੜੂਗਾ ਅਗਰ ਇਹਨਾਂ ਦੇ ਲਾਰਿਆਂ 'ਚ ਨਹੀਂ ਆਉਣਾ। ਹੁਣ ਮੁਕਾਬਲਾ ਅਸਲ ਵਿੱਚ ਤਾਂ ਮੇਰਾ ਮੁਕਾਬਲਾ ਹੀ ਨਹੀਂ, ਮੁਕਾਬਲਾ ਹੈਗਾ ਮੁੱਦਿਆਂ ਦੀ ਲੜਾਈ ਦਾ ਅਤੇ ਜਬਲੀਆਂ ਮਾਰਨ ਵਾਲੇ ਦਾ। ਮੈਂ ਦਾਦੇ ਦੇ ਘਰ 'ਚ ਜਾਊਂਗਾ, ਉਹ ਆਪਾਂ ਘਨੱਈਆ ਮਿੱਤਰ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਉਹ ਭਾਈ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਜੀ ਆਏ ਸੀ, ਨਾਲ ਹੀ ਲੈ ਜਾਓ ਯਾਰ ਇਹਨਾਂ ਨੂੰ, ਇੱਕ ਤਾਂ ਇਹਨੂੰ ਢੋਲਕੀ ਦੇ ਰੱਖ ਲਾ, ਇੱਕ ਨੂੰ ਹਾਰਮੋਨੀਅਮ ਦਾ ਰੱਖ ਲਾ, ਆ ਜਬਲੀਆਂ ਮਾਰਦੇ ਨੇ ਕੱਖ ਨਹੀਂ ਕਰਦੇ। ਪਿਛਲੀ ਵਾਰੀ ਤੁਸੀਂ ਅਕਾਲੀ ਦਲ ਦਾ ਸਪੋਰਟ ਕੀਤਾ ਸੀ, ਇਸ ਵਾਰ ਵੀ ਤੁਸੀਂ ਉਸ ਪਾਰਟੀ? ਦੇਖੋ ਜੀ ਸਪੋਰਟ ਦੀ ਗੱਲਬਾਤ ਨਹੀਂ, ਚੰਗੇ ਬੰਦੇ ਨੂੰ ਸਪੋਰਟ, ਪਾਰਟੀ ਕੋਈ ਮਾੜੀ ਨਹੀਂ ਦਿੰਦੀ, ਪਾਰਟੀ ਦੇ ਵਿਚਲੇ ਬੰਦੇ ਮਾੜੇ ਹੁੰਦੇ ਆ। ਸਰਦਾਰ ਮਨਪ੍ਰੀਤ ਸਿੰਘ ਯਾਲੀ ਖੜ੍ਹੇ ਸੀਗੇ, ਮੈਨੂੰ ਚੰਗੇ ਲੱਗੇ, ਆਪਾਂ ਸਪੋਰਟ ਕੀਤੀ ਅਤੇ ਜਿਤਾਇਆ, ਲੇਕਿਨ ਪਾਰਟੀ ਦੇ ਵਿੱਚ ਬੰਦੇ ਮਾੜੇ ਹੁੰਦੇ ਜਿਹੜੇ ਪਾਰਟੀ ਛਵੀ ਖਰਾਬ ਕਰਦੇ ਆ। ਮੈਂ ਦਾਅਵਾ ਕਰਦਾ ਵਾਂ ਵੀ ਜਿਹੜੇ ਪਾਰਟੀ ਹੈਗੀ ਆ ਉਹਨਾਂ ਨੂੰ ਬੇਕਾਰ ਬੰਦੇ ਦੀ ਲੋੜ ਆ, ਚੰਗੇ ਚੰਗੇ ਬੰਦੇ ਦੀ ਉਹਨਾਂ ਨੂੰ ਵੀ ਲੋੜ ਨਹੀਂ ਆ, ਜਿਹੜਾ ਬੇਕਾਰ ਜਿੰਨਾ ਹੁੰਦਾ ਉਨਾ ਹੀ ਵੱਧ ਚੱਲਦਾ ਵਾ ਉਹ ਨਹੀਂ ਗਿਰਾ। ਫਿਰ ਸਾਡੇ ਵੋਟਰਾਂ ਨੂੰ ਵੀ ਅਪੀਲ ਕਰਦਾ ਵਾਂ ਵੀ ਦਾਰੂ ਦੀ ਬੋਤਲ 'ਤੇ ਨਾ ਵਿਕੋ, 500,000 'ਤੇ ਨਾ ਵਿਕੋ, ਕਿਉਂਕਿ ਪੰਜਾਬ ਦੇ ਵਿੱਚ ਗਧਾ ਖਰੀਦਣ ਜਾਈਏ, ਗਧਾ ਵੀ 50,000 ਦਾ ਮਿਲਦਾ ਵਾ ਗਧਾ ਵੀ। ਅੱਜ ਆ ਲੀਡਰ ਵੱਡੇ ਵੱਡੀਆਂ ਗੱਲਾਂ ਕਰਦੇ ਆ, ਉਹ ਪੱਤਰਕਾਰੋ ਵੀਰੋ ਤੁਹਾਡੇ ਵਾਸਤੇ ਪ੍ਰੈਸ ਕਲੱਬ ਵੀ ਨਹੀਂ ਬਣੀ ਗਿਰਾ, ਤੁਹਾਨੂੰ ਧੱਕੇ ਵੀ ਮਾਰਦੇ ਆ, ਤੁਹਾਨੂੰ ਧੱਕੇ ਵੀ ਮਾਰਦੇ ਆ, ਆਹ ਪੁਲਿਸ ਮੁਲਾਜ਼ਮਾਂ ਨਾਲ ਵੀ ਯਾਨੀ ਬਦਤਮੀਜ਼ੀ ਕਰਦੇ ਆ, ਆਹ ਸਰਕਾਰੀ ਮੁਲਾਜ਼ਮਾਂ ਨਾਲ ਵੀ ਬਦਤਮੀਜ਼ੀ ਕਰਦੇ ਆ, ਇਸ ਕਰਕੇ ਇਹਨਾਂ ਕੋਲ ਇੰਟਰਵਿਊ ਇੰਟਰਵਿਊ ਕੁਛ ਨਹੀਂ ਹੁੰਦੀ, ਜਬਲੀਆਂ ਆਉਂਦੀਆਂ ਨੇ ਅਤੇ ਸਾਡੇ ਕੋਲ ਆਇਆ ਕਰੋ, ਅਸੀਂ ਮੁੱਦੇ 'ਤੇ ਗੱਲ ਕਰਾਂਗੇ।